ਇਹ ਆਕਾਸ਼ਵਾਨੀ ਜੰਮੂ ਐ ਇਸ ਵੇਲੇ ਦੀਆਂ ਖਬਰਾਂ ਕਰਨੇ ਮੈਂ ਪੂਨਮ ਟੋਕਰਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰ ਦੋ ਦਿਨ ਦੀ ਯਾਤਰਾ ਪਰ ਅੱਜ ਬੜਲੇ ਭੂਟਾਨ ਪੁੱਜੀ ਗਏ ਨੇ ਪ੍ਰਧਾਨ ਮੰਤਰੀ ਹੁੰਦਾ ਭੂਟਾਨ ਦੇ ਹੁੰਦੇ ਹਮ ਰਤਬਾ ਸ਼ੇਅਰਿੰਗ ਟੋਪ ਕੇ ਹੋਰੇ ਭੂਟਾਨ ਦੇ ਹਵਾਈ ਅੱਡੇ ਉੱਪਰ ਗਰਮ ਜੋਸ਼ੀ ਕਰਨੇ ਸਵਾਗਤ ਕੀਤਾ ਆਪਣੇ ਦੌਰੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰ ਭੂਟਾਨ ਦੇ ਰਾਜਾ ਜਿਗਮੇ ਖੇਸਰ ਨਾਮਗਿਆਲ ਵਾਂਗਚੁਕ ਤੇ ਭੂਟਾਨ ਦੇ ਚੌਥੇ ਰਾਜਾ ਜਿਗਮੇ ਸਿੰਘਿਆ ਵਾਂਗਚੁਕ उन्दे करने भी मलाटी करन मोदी और भूटान प्रधानमंत्री हों गबा कर प्रधानमंत्री मोदी और औरंम्फू ग्याल तुएसन जैटसन पैमा जचा बच्चा अस्पताल का भी उदघाटन ए आधुनिक अस्पताल भारत की मदद करने बनाया गया है भूटान इस दौरे दौरान दवे मुल्क दपक्षी मुद्दें पर चर्चा यात्रा ਪਾਦ ਤੇ ਬੁਟਾਨ ਵਿਚਕਾਰ ਨਿਯਮਤ ਉੱਚ ਪੱਧਰੀ ਆਦਾਨ ਪਰਦਾਨ ਦੀ ਪਰੰਪਰਾ ਤੇ ਸਰਕਾਰ ਦੀ ਗਵਾਂਡੀ ਪਹਿਲੇ ਨੀਤੀ ਦੇ ਅਨੁરૂਪ ਹੈ। ਚੋਣ ਆਯੋਗ ਨੇ ਚੋਣਵੀਂ ਵਾਂਡੇ ਦੇ ਨੰਬਰ ਇਸਨੇ ਉਹਦੇ ਕਨੇ ਸਰਬੰਧਿਤ ਡਾਟਾ ਜਨਕ ਕੀਤਾ ਹੈ। ਇਨੇ ਨੰਬਰੇ ਚ ਵਾਂਡੇ ਦੇ ਖਰੀਦਾਰਾਂ ਦਾ ਧਨ ਅਸਲ ਕਰਨ ਵਾਲੇ ਰਾਜਨੀਤਿਕ ਤਲਿਆਂ ਕਨੇ ਜੁੜਾਅ ਕਰਨਾ ਸਖਲ ਹੋਇਆ ਜਗ। ਸਰਵੋੱਚ ਨਿਆਲੇ ਦੇ ਆਦੇਸ਼ ਅਗਰਾ ਪਾਰਟਿਆ ਸਟੇਟ ਬੈਂਕ ਨੇ ਇਹਦੇ ਬਾਰੇ ਚ ਜਾਣਕਾਰੀ ਪੇਸ਼ ਕੀਤੀ ਹੈ। ਇਹਦੇ ਮਗਰਾਂ ਚੋਣ ਆਯੋਗ, ਦਾਨਦాతਾਂ ਤੇ ਇਸੀ ਆਸਲ ਕਰਨ ਵਾਲੇ ਦੀ ਬਖਬਖ ਸੂਚੀਆਂ ਆਪਣੀ ਵੈੱਬਸਾਈਟ ਉੱਪਰ ਪ੍ਰਕਾਸ਼ਿਤ ਕਰੀ ਦੇਗ। ਆਉਣ ਦੇ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਦੇ ਮੱਦੇਨਜ਼ਰ ਪੁਨਛ ਦੇ ਜ਼ਿਲ੍ਹਾ ਚੋਣ ਅਧਿਕਾਰੀ ਯਾਸੀਨ ਐਮ ਚੌਧਰੀਓ ਨੇ ਕੱਲ ਜ਼ਿਲ੍ਹੇ ਦੀਆਂ ਬਖਬਖ ਸਿਆਸੀ ਪਾਰਟੀਆਂ ਦੇ ਪ੍ਰਤੀਨਿਧੀਆਂ ਕੰਨੇ ਇੱਕ ਮੀਟਿੰਗ ਲਈ। ਇਦਾਵਦੇਸ਼ ਚੋਣ ਪ੍ਰਕਿਰਿਆ ਕਨੇ ਜੁੜੇ ਦੇ ਪੱਖ-ਪੱਖ ਪਹਿਲੂਆਂ ਉਪਰ ਚਰਚਾ ਕਰਨਾ ਹ ਇਸ ਦੌਰਾਨ ਜ਼ਿਲ੍ਹਾ ਚੋਣ ਅਧਿਕਾਰਿਓ ਰੇਂਗ ਲਾਇਆ ਜੇ ਕੋਈ ਵੀ ਸਿਆਸੀ ਪਾਰਟੀ ਜਾਂ ਨੇਤਾ ਮੀਟਿੰਗ ਕਰਨਾ ਚਾਹੁੰਦਾ ਹੈ ਤਾਂ ਉਸੀ ਜ਼ਿਲ੍ਹਾ ਪ੍ਰਸ਼ਾਸਨ ਤਮਾ ਇਹਦੇ ਲਈ ਇਜਾਜ਼ਤ ਲੈਣੀ ਹੋਗ ਉਹਨੇ ਸਭਨੇ ਸਿਆਸੀ ਪਾਰਟੀਆਂ ਕੀ ਜ਼ਿੰਮੇਦਾਰਾ ਜ਼ਿੰਮੇਦਾਰਾ ਨਾ ਰਵਈਆ ਅਪਣਾਣ ਲਈ ਲਗਾਇਆ ਤਾਂ ਜੋ ਚੋਣ ਪ੍ਰਕਿਰਿਆ ਰਮਾਨਦਾਰੀ ਤੇ ਨਿਸ਼ਪਸ਼ ਟੰਗਾਸਰ ਤੋੜ ਚਾੜੀ ਜਾਈ ਸਕੇ ਪਾਰਤ ਨੇ ਹੱਤੀਜ ਫਸੇ ਤੇ ਭਾਰਤੀਆਂ ਗੀ ਸੁਰੱਖਿਸ਼ਤ ਬਾਹਰ ਕੱਢਣ ਲਈ ਆਪਰੇਸ਼ਨ ਇੰਦਰਾਵਤੀ ਸ਼ੁਰੂ ਕੀਤਾ ਹੈ ਇੱਕ ਸੋਸ਼ਲ ਮੀਡੀਆ ਪੋਸਟ ਚ ਵਿਦੇਸ਼ ਮੰਤਰੀ ਡਾਕਟਰ ਐਸ ਜੈ ਸ਼ੰਕਰੋ ਨੇ ਗਲਾਇਆ ਜੇ ਅਜੇ ਤੱਕ ਕਰ 12 ਭਾਰਤੀਆਂ ਗੀ ਸੁਰੱਖਿਸ਼ਤ ਬਾਹਰ ਕਢਿਲਾਤਾ ਗਿਆ ਉਹਨਾਂ ਗਲਾਇਆ ਜੇ ਉਹਦੀ ਸਰਕਾਰ ਵਿਦੇਸ਼ੀ ਚ ਰਵਰ ਦੇ ਭਾਰਤੀਆਂ ਦੀ ਸੁਰੱਖਿਆ ਤੇ ਭਲਾਈ ਲਈ ਵਚਨਬੱਧਾ ਉਲੀ ਦੇ ਤੌਰ ਤੇ ਚਲਦੇ ਯਾਤਰੀਆਂ ਦੀ ਸਹੂਲਤ ਤੇ ਬਾਦੂ ਪੀੜ ਉੱਪਰ ਨਿਯੰਤਰਣ ਕਰਨ ਲਈ ਪਾਰਤੀ ਰੇਲਵੇ 540 ਬਾਦੂ ਟ੍ਰੇਨਾਂ ਚਲਾਉਂਦਾ ਹੈ। ਇਹ ਰੇਲਾ ਨਮੀ ਦਿੱਲੀ ਸ਼੍ਰੀ ਮਾਤਾ ਵਾਸ਼ਨ ਦੇਵੀ ਕਟਰਾ ਤੇ ਹੋਰ ਦੂਏ ਵੱਡੇ ਰਸਤੇ ਉੱਪਰ ਰابطਾ ਕਾਇਮ ਕਰਗਣਾ। ਯਾਤਰੀਆਂ ਦੀ ਸੁਰੱਖਿਆ ਲਈ ਰੇਲਵੇ ਪੁਲਸ ਵੱਲ ਦੀ ਬਾਦੂ ਤੇ ਨਾਤੀ ਵੀ ਕੀਤੀ ਗਈ ਹੈ। ਇਨੇ ਸਟੇਸ਼ਨੇ ਉੱਪਰ ਯਾਤਰੀਆਂ ਦੀ ਸਹੂਲਤ ਲਈ ਐਮਰਜੈਂਸੀ ਡਿਊਟੀ ਉੱਪਰ ਅਧਿਕਾਰੀਆਂ ਗੇਤਨਾਤ ਕੀਤਾ ਗਿਆ ਹੈ। ट्रेनिंग ਦੇ ਸਮੇਂ ਉੱਪਰ ਆਉਣੇ ਤੇ ਜਾਣੇ ਦੀ ਪੂਰੀ ਜਾਣਕਾਰੀ ਕਿ ਪਲੇਟਫਾਰਮ ਨੰਬਰ ਸਨੇ ਤੋਲੇਨ ਤੇ ਸਮੇਂ ਉਪਰ ਯਾਤਰੀਆਂ ਤੱਕਰ ਪਜਾਣੇ ਲਈ ਲੋਚ ਦੇ ਉਪਾਅ ਕੀਤੇ ਗਏ ਦੇਨਾ ਅੱਜ ਵਿਸ਼ਵ ਜਲ ਦਿਵਸ ਮਨਾਇਆ ਜਾਂਦਾ ਹੈ ਸਾਫ ਸੁਥਰੇ ਪਾਣੀ ਦੇ ਮੱਤਵਕੀ ਦਿਖਤੇ ਹੋਈ ਅਰ बरे 22 ਮਾਰਚ ਦੀ ਇਹ ਤਿਆੜਾ ਮਨਾਇਆ ਜਾਂਦਾ ਹੈ ਵਿਸ਼ਵ ਜਲ ਦਿਵਸ ਲੋਕਾਂ ਸੰਗਠਨ ਤੇ ਸਰਕਾਰਾਂ ਦੀ ਪਾਣੀ ਕਨੇ ਸਰਬੰਧਿਤ ਫੋਰੀ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਇੱਕ ਸਾਂਝੇ ਮੰਚ ਉਪਰ ਲਿਆਂਦਾ ਹੈ ਇਸ ਬਾਰੇ ਵਿਸ਼ਵ ਜਲ ਦਿਵਸ ਤੇ ਆ ਵਿਸ਼ੇសារ ਹੈ ਸਮ੍ਰiddhi ਤੇ ਸ਼ਾਂਤੀ ਲਈ ਜਲ ਇਹ ਦੁਨੀਆ ਭਰੇ ਚ ਸਹਿਯੋਗ ਤੇ ਸਥਿਰਤਾ ਗਿ ਬੜਾਵਾ ਦੇਣੇ ਚ ਪਾਣੀ ਦੀ ਮਹੱਤਵਪੂਰਨ ਭੂਮਿਕਾ ਉਪਰ ਬਾਲ ਦਿੰਦਾ ਹੈ ਪਧਰਵਾ ਕਾਟੀ ਕੰਸਰਚ ਕਲ ਸੀਆਰਪੀਐਫਟੀ ਤ੍ਰਿਤੀਮੀ ਬਟਾਲੀਆ ਨਾਸਿਆ ਸਿਵਿਕ ਐਕਸ਼ਨ ਪ੍ਰੋਗਰਾਮ ਤਾਤ ਦੂਰਦਰਾਜ ਲਾਕੇ ਚ ਰਵਰ ਦੇ ਲੋਕਾਂ ਲਈ ਇੱਕ ਮੈਡੀਕਲ ਕੈਂਪ ਦਾ ਆਯੋਜਨ ਕੀਤਾ ਗਿਆ ਸੋ ਡਾਕਟਰਾਂ ਤੇ ਨੀਮ ਡਾਕਟਰੀ ਬਲੈਨ ਦੀ ਇੱਕ ਟੀਮ ਨੇ ਸੀਐਮਓ ਸੀਆਰਪੀਐਫ ਡਾਕਟਰ ਜੈਸ਼ਰੀ ਹੁੰਦੀ ਅਗਵਾਈ ਚ 300 ਮਰੀਜ਼ਾਂ ਜਿੰਦੇ ਚ ਜ਼ਿਆਦਾਤਰ ਮਹਿਲਾ ਹੀਆਂ ਦੀ ਜਾਂਚ ਕੀਤੀ ਸਭ ਨੇ ਮਰੀਜ਼ਾਂ ਕੀ ਇਸ ਦੌਰਾਨ ਦਵਾਈਆਂ ਵੀ ਵੰਡੀਆਂ ਤੇ ਮੈਡੀਕਲ ਟੈਸਟ ਵੀ ਕੀਤੇ ਗਏ ਇਸ ਮੈਡੀਕਲ ਕੈਂਪ ਦਾ ਆਯੋਜਨ ਲਈ ਮੁਕਾਮਿਲੋਕੇ ਸੀਆਰਪੀਐਫ ਦਾ ਹੁੰਦੇ ਤੱਕਰ ਪੂਜਿਤ ਬਣਾਨੇ ਤੇ ਉੰਦੀ ਮਦਦ ਕਰਨ ਲਈ ਆਭਾਰ ਪ੍ਰਗਟ ਕੀਤਾ ਤੇ ਇਹ ਦੇ ਕਹਨੇਗੇ ਇਸ ਬਲੇ ਦਾ ਇਹ ਬੁਲੇਟਿਨ ਸਮਾਪਤ ਹੋਆ thank